ਦੁਬਈ ਅਪੀਅਰਸ। ਜਿੱਦਾਂ ਜਿੱਦਾਂ ਤੁਸੀਂ ਤੁਰੇ ਜਾਂਦੇ ਆ ਇਸ ਜਰਨੀ 'ਤੇ, ਜਿਹੜਾ ਪਾਥ ਆਪਾਂ ਲੱਭਦੇ ਹਾਂ, ਜਿਹੜੇ ਜਿਸ ਕਰੈਕਟਰ ਨੂੰ ਆਪਾਂ ਦੇਖਣਾ ਚਾਹੁੰਦੇ ਹਾਂ ਜਾਂ ਮਿਲਣਾ ਚਾਹੁੰਦੇ ਜਾਂ ਉਹਦੀ ਕਿਰਪਾ ਚਾਹੁੰਦੇ ਹਾਂ, ਹੈ ਨਾ, ਅਤੇ ਉਸ ਪਾਥ ਨੂੰ ਕਲੀਅਰ ਹੋਣ ਦਾ ਉਹ ਆਪਣੇ ਆਪ ਹੀ ਪਾਥ ਉਹ ਕਲੀਅਰ ਹੁੰਦਾ ਜਾਂਦਾ, ਕਿਉਂਕਿ ਤੁਹਾਡੇ ਵਿੱਚ ਇੰਨੀ ਸ਼ਰਧਾ ਜਾਂ ਤੁਸੀਂ ਉਸ ਐਕਸੈਪਟੈਂਸ ਵਿੱਚ ਆ ਜਿਹਦੇ ਕਰਕੇ ਉਹ ਪਾਥ ਜਿਹੜਾ ਹੈ ਉਹ ਕਲੀਅਰ ਆਪਣੇ ਆਪ ਹੋਣਾ ਸ਼ੁਰੂ ਹੋ ਜਾਂਦਾ ਹੈ। ਅੱਜ ਦਾ ਟਾਈਟਲ ਇਹੀ ਸੀਗਾ। ਸੋਰੀ, ਮੈਂ ਜ਼ਿਆਦਾ ਐਕਸਪਰਟ ਨਹੀਂ ਹੈਗਾ, ਅਮਨ ਓਲਡ ਸਕੂਲ, ਹੈ ਨਾ, ਮੈਂ ਜਿੱਦਾਂ ਟਾਈਟਲ ਲਿਖ ਦਿੰਦੇ ਆ ਅੱਖਾਂ ਟੂ ਹੈ, ਮੈਂ ਟਰਾਈ ਕੀਤੀ ਸੀਗੀ ਪਹਿਲਾਂ ਸਟਾਰਟ ਕਰਨ ਤੋਂ, ਐਂਡ ਦੈਨ ਆਈ ਥੋਟ ਜਸਟ ਲੀਵ ਇਟ ਨਾਓ, ਹੈ ਨਾ, ਫਿਰ ਮੈਂ ਰਹਿਣ ਦਿੱਤਾ। ਟਰਾਈ ਮੈਂ ਕਰਦਾ ਹੁਣ ਲਿਖਣ ਦੀ ਸਾਰਾ ਕੁਛ ਨਾ, ਪਰ ਐਨੀਵੇ, ਸੋ ਆਪਾਂ ਉਹ ਜਿਹੜਾ ਕਰੈਕਟਰ ਆ ਉਹਦੇ ਨਾਲ ਜੁੜਨਾ ਕਿੱਦਾਂ ਆ, ਜਿਹਨੇ ਸਾਨੂੰ ਕ੍ਰੀਏਟ ਕੀਤਾ ਆ, ਜਿਹਨੇ ਪੂਰਾ ਬ੍ਰਹਿਮੰਡ ਕ੍ਰੀਏਟ ਕੀਤਾ ਆ, ਉਹਦੇ ਨਾਲ ਅਸੀਂ ਕਿੱਦਾਂ ਜੁੜਨਾ ਆ। ਉਹਦੇ ਨਾਲ ਜੁੜਨ ਲਈ ਆਪਾਂ ਨੂੰ ਬਹੁਤ ਸਾਰੀਆਂ ਵਿਧੀਆਂ ਆ, ਬਹੁਤ ਸਾਰੇ ਪ੍ਰੋਸੀਜਰ ਆ ਸਾਨੂੰ ਦੱਸੇ ਗਏ ਆ, ਬਹੁਤ ਧਾਰਮਿਕ ਗਰੁੱਪਾਂ ਵਿੱਚ ਜਾਂ ਬੁੱਕਾਂ ਵਿੱਚ ਜਾਂ ਮਾਇੰਡਸ ਵਿੱਚ ਸਾਨੂੰ ਕਈ ਤਰ੍ਹਾਂ ਦੀਆਂ ਟ੍ਰੇਨਿੰਗ ਵਗੈਰਾ ਦਿੱਤੀਆਂ ਜਾਂਦੀਆਂ ਨਾ, ਇੱਦਾਂ ਕਰੋ ਇੱਦਾਂ ਕਰੋ। ਬਟ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਜੇ ਟ੍ਰੇਨਿੰਗ ਜਿਹੜੀ ਹੈ ਉਹ ਹੈਗੀ ਆ ਅਤੇ ਉਹ ਸਿਰਫ ਤੁਹਾਡੀ ਆਪਣੀ ਆ, ਯੂ ਹੈਵ ਟੂ ਗੋ ਥਰੂ ਦ ਜਰਨੀ। ਜੇ ਤੁਸੀਂ ਉਹ ਜੇ ਉੱਥੇ ਜਾਣਾ ਚਾਹੁੰਦੇ ਆ ਤੁਹਾਨੂੰ ਆਪ ਜਾਣਾ ਪੈਣਾ ਆ। ਜਿੰਨਾ ਤੁਸੀਂ ਡੂੰਘਾ ਜਾਂਦੇ ਜਾਓਗੇ, ਜਿੰਨਾ ਤੁਸੀਂ ਉਹਦੇ ਵਿੱਚ ਖੁੱਭਦੇ ਜਾਓਗੇ, ਜਿਹੜਾ ਰਾਹ ਆ ਆਪਣੇ ਆਪ ਹੀ ਤੁਹਾਨੂੰ ਫਿਰ ਮਿਲਣੇ ਸ਼ੁਰੂ ਹੋ ਜਾਣੇ ਆ। ਪਰ ਹਾਂ, ਇੱਥੇ ਸਾਨੂੰ ਟੀਚਰ ਦੀ ਵੀ ਲੋੜ ਪੈਂਦੀ ਆ, ਅਤੇ ਟੀਚਰ ਨਾਲ ਜੁੜਨ ਦੀ ਲੋੜ ਨਹੀਂ ਹੈਗੀ। ਸਤਿ ਸ਼੍ਰੀ ਅਕਾਲ ਜੀ, ਆ ਉਹਦੇ ਨਾਲ ਜੁੜਨ ਦੀ ਲੋੜ ਨਹੀਂ ਹੈਗੀ, ਉਹਦਾ ਜਿਹੜਾ ਗਿਆਨ ਆ ਉਹ ਲੈ ਲਓ, ਬਸ ਅੱਗੇ ਤੁਰੇ ਚਲੋ। ਕੁਛ ਜਿੱਦਾਂ ਜਿੱਦਾਂ ਅਸੀਂ ਤੁਰੇ ਜਾਂਦੇ ਆ ਨਾ, ਡੋਟ ਜਿਹੜੇ ਆਪਣੇ ਆਪ ਕਨੈਕਟ ਹੋਣੇ ਸ਼ੁਰੂ ਹੋ ਜਾਂਦੇ ਆ, ਅਤੇ ਉਹ ਡੋਟ ਇੱਦਾਂ ਕਨੈਕਟ ਹੁੰਦੇ ਆ ਜਿੱਦਾਂ ਦਾ ਤੁਹਾਡਾ ਮਾਇੰਡ ਹੁੰਦਾ, ਤੁਸੀਂ ਆਪ ਡੋਟ ਉਹ ਕ੍ਰੀਏਟ ਕਰਦੇ ਆ। ਕੁਛ ਜਿਹੜਾ ਮਾਇੰਡ ਆ, ਜਿਹੜਾ ਆਪਣਾ ਬ੍ਰੇਨ ਆ ਨਾ, ਇਹ 85,000 ਜਿਹੜੇ ਆ ਸਾਡੇ